ਪੰਜਾਬ ਕੈਬਨਿਟ ਦੇ ਮੰਤਰੀ ਡਾਕਟਰ ਸੁਖਜਿੰਦਰ ਸਿੰਘ ਰੰਧਾਵਾ ਨੇ ਦਾਅਵਾ ਕੀਤਾ ਕਿ ਕੇਂਦਰ ਸਰਕਾਰ ਦੇ ਆਰਡੀਨੈਂਸ ਕਿਸਾਨ ਵਿਰੋਧੀ ਹਨ। ਉਹਨਾਂ ਮੰਗ ਕੀਤੀ ਕਿ ਹਰਸਿਮਰਤ ਕੌਰ ਬਾਦਲ ਅਸਤੀਫਾ ਦੇਵੇ। ਰੰਧਾਵਾ ਨੇ ਪੋਸ਼ਾਕ ਮਾਮਲੇ ਵਿੱਚ ਵੀ ਬਿਆਨ ਦਿੱਤਾ। ਪਹਿਲੋ ਜਦੋਂ ਪੋਸ਼ਾਕ ਪਾਈ ਉਸ ਵੇਲੇ ਲੜਾਈ ਝਗੜੇ ਵੀ ਉੱਥੇ ਹੋਏ, ਵਾਇਲੈਂਸ ਵੀ ਹੋਈ, ਉਹਦੇ ਬਾਅਦ ਪਰਚੇ ਵੀ ਹੋਏ ਤੇ ਉਹਦੇ ਬਾਅਦ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ 2015 'ਚ, ਉਦੋਂ ਤਾਂ ਕਾਂਗਰਸ ਦੀ ਸਰਕਾਰ ਹੀ ਨਹੀਂ ਸੀ, ਸਰਕਾਰ ਅਕਾਲੀਆਂ ਦੀ। ਇਨਕੁਆਇਰੀਆਂ ਇਹਨਾਂ ਕੀਤੀਆਂ, CBI ਨੂੰ ਇਹਨਾਂ ਨੇ ਦਿੱਤੀਆਂ, ਅਤੇ ਉਹਦੇ 'ਚ ਕਾਂਗਰਸ ਦਾ ਰੋਲ ਕੀ ਆ? ਇਹਦਾ ਮਤਲਬ ਕਿ ਜਿਹੜੀ ਕੋਈ ਚੀਜ਼ ਆਉਂਦੀ ਆ ਕਿ ਹਰ ਚੀਜ਼ ਕਹਿ ਦਿੰਦੇ ਜੀ ਕਾਂਗਰਸ ਨੇ ਆ ਕੇ ਕਾਂਗਰਸ ਆ ਕਰ ਰਹੀ ਆ। ਜੇ ਕਿਸਾਨ ਧਰਨਾ ਦੇਣ ਤਾਂ ਇਹ ਕਹਿ ਦਿੰਦੇ ਜੀ ਇਹ ਨਕਸਲੀ ਨੇ, ਇਹਨਾਂ ਦੇ ਟਾਈਮ 'ਤੇ ਇਹ ਜਿਹੜੇ ਨੇ ਵਿਹਲੇ ਨੇ ਪਿੰਡ ਘਰਾਂ 'ਚੋਂ, ਅਤੇ ਇਹ ਆਣ ਕੇ ਧਰਨੇ ਦੇ ਵਿੱਚ, ਜਿਸ ਵੇਲੇ ਕਾਂਗਰਸ ਸਰਕਾਰ ਆ ਜਾਂਦੀ ਉਦੋਂ ਕਹਿੰਦੇ ਮੈਂ ਕੁਰਬਾਨੀ ਦੇਣ ਲਈ ਤਿਆਰ ਹਾਂ। ਕੁਰਬਾਨੀ ਜਿਹੜੀ ਆ ਇਹਦਾ ਨਾਂ ਦੇਣ ਦੀ ਬਜਾਏ ਇਹ ਉੱਠ ਕੇ ਜਾ ਕੇ ਦਿੱਲੀ ਦੇ ਵਿੱਚ ਆਪਣੀ ਵਾਈਫ ਕੋਲੋਂ ਅਸਤੀਫਾ ਦੇ, ਕੁਰਬਾਨੀ ਤਾਂ ਚਾਹੀਦੀ ਨਹੀਂ, ਕੁਰਬਾਨੀ ਤਾਂ ਉਹੀ ਕਰ ਦੇਣ ਜਿਹੜੀ। ਵੇਖੋ ਸਾਰੇ ਤੁਹਾਨੂੰ ਵੀ ਪਤਾ ਕਿ ਗਵਰਨਮੈਂਟ ਆਫ ਇੰਡੀਆ ਨੇ ਉਹਦੇ 'ਚ ਕਿਸਾਨਾਂ ਲਈ ਕੀ ਕੀਤਾ, ਜਿਹੜੇ 3 ਆਰਟੀਕਲ ਜਿਹੜੇ ਲੈ ਕੇ ਆ ਰਹੇ, ਕਿਸਾਨੀ ਤਾਂ ਖਤਮ ਹੋ ਜੂ। ਜਾਂ ਤਾਂ ਹੁਣ ਉਹ ਦੱਸੇਗਾ ਕਿ ਕਾਂਗਰਸ ਨੇ ਭੇਜੇ ਸੀ, ਅਤੇ ਜਾਂ ਜਿਹੜਾ ਉਹਨਾਂ ਦਾ ਐਂਕਰ ਹੈ ਉਹ ਦੱਸੇਗਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਭੇਜੇ ਜਾਂ ਸੁਖਜਿੰਦਰ ਸਿੰਘ ਰੰਧਾਵਾ ਨੇ ਭੇਜੇ। ਮੈਂ ਤਾਂ ਇਸ ਗੱਲੋਂ ਆ ਕਿ ਮੇਰੇ ਇਲਾਕੇ 'ਚ ਹੀ ਨਹੀਂ ਗੀ, ਜਿੱਥੇ ਬਿਕਰਮ ਮਜੀਠੀਆ ਨੇ ਕਹਿ ਦੇਣਾ ਸੁਖਜਿੰਦਰ ਸਿੰਘ ਰੰਧਾਵੇ ਨੇ ਭੇਜੀ ਹੈ ਜੀ, ਅਤੇ ਇਸ ਕਰਕੇ ਇਹ ਤਾਂ ਹੁਣ ਉਹ ਚੈਨਲ ਦੱਸੇਗਾ ਕਿ ਉਹ ਕਾਂਗਰਸ ਦੀ ਹੈਗੀ ਆ ਕਿ ਜਾਂ ਉਹ ਚੈਨਲ ਨੇ ਆਪਣੇ ਆਪ ਕੀਤੀ ਆ। ਅਤੇ ਜੇ ਤਾਂ ਕਾਂਗਰਸ ਵੱਲੋਂ ਆਈ ਹੈ ਤਾਂ ਫਿਰ ਚੈਨਲ ਦੇ ਉੱਤੇ ਐਕਸ਼ਨ ਜ਼ਰੂਰ ਆਉਣਾ ਚਾਹੀਦਾ ਕਿ ਉਹ ਪੋਲੀਟੀਕਲ ਜਿਹੜੇ ਬੰਦਿਆਂ ਦੇ ਕਹਿਣ 'ਤੇ ਇੱਦਾਂ ਕਰਦੇ ਨੇ, ਅਤੇ ਉਹ ਜ਼ਰੂਰ ਆਉਣਾ ਚਾਹੀਦਾ। ਇਹ ਤਾਂ ਜ਼ਰੂਰ ਹੋ ਜਾਂਦਾ ਕਿ ਇਹਨਾਂ ਦੇ ਪ੍ਰੈਸ਼ਰ 'ਚ ਆ ਕੇ, ਗੁੱਸਾ ਨਾ ਕਰਿਓ ਕਿ ਤੁਸੀਂ ਵੀ ਪ੍ਰੈਸ਼ਰ 'ਚ ਆ ਜਾਂਦੇ ਹੋ ਅਤੇ ਡਿਬੇਟ ਰੱਖੀ ਉਹਨੂੰ ਖਤਮ ਕਰ ਦਿੰਦੇ ਹੋ ਕਿ ਚਲੋ ਜੀ ਪਹਿਲਾਂ ਉਹਦੇ ਟੈਲੀਫੋਨ 'ਤੇ ਡਿਬੇਟ ਕਰਾਂਗੇ ਇਸ ਮੁੱਦੇ 'ਤੇ, ਅਤੇ ਬਾਅਦ 'ਚੋਂ ਚੇਂਜ ਹੋ ਜਾਂਦੀ ਹੁੰਦੀ ਆ। ਇਹ ਚੀਜ਼ਾਂ ਕਾਂਗਰਸ ਕਦੀ ਨਹੀਂ ਕਰਦੀ। ਹਾਂ, ਇੱਕ ਜ਼ਰੂਰ ਮੈਨੂੰ ਦੁੱਖ ਲੱਗਦਾ ਕਿ ਇਹਨਾਂ ਚੀਜ਼ਾਂ ਨੂੰ ਸਾਈਡ 'ਤੇ ਲੈ ਕੇ ਜਾਣ ਦੀ ਬਜਾਏ ਕਹਿ ਦੇਣਾ ਕਿ 84 ਦੇ ਰਾਈਟਸ, ਵੇਖੋ ਅਸੀਂ ਉਹ ਜਿਹੜੇ 84 ਦੇ ਰਾਈਟਸ ਨੇ, ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਹੋਣਾ ਮਾਫ਼ੀ ਮੰਗੀ, ਆਪਣਾ ਜਿਹੜਾ ਪਰਿਵਾਰ ਗਾਂਧੀ ਪਰਿਵਾਰ ਦਰਬਾਰ ਸਾਹਿਬ ਆਏ, ਅਤੇ ਉਹਦੇ ਬਾਅਦ ਜਿਹੜੀਆਂ ਚੀਜ਼ਾਂ ਨੇ ਇਹਨਾਂ ਚੀਜ਼ਾਂ ਨੂੰ ਭੁਲਾਈਆਂ ਨਹੀਂ ਜਾ ਸਕਦੀਆਂ। ਪਰ ਇਹਨਾਂ ਦੇ ਉੱਤੇ ਜੇ ਇਹਨਾਂ ਦੇ ਉੱਤੇ ਪੋਲਿਟਿਕਸ ਕਰੀ ਜਾਣੀ ਆ ਤਾਂ ਕੀ ਗੱਲ, ਜਿਹੜੀ ਗੁਰੂ ਸਾਹਿਬ ਦੀ ਬੇਅਦਬੀ ਹੋਈ ਆ, ਜਿਹੜੇ 267 ਸਰੂਪ ਜਿਹੜੇ ਚੋਰੀ ਹੋ ਗਏ ਇਹਨਾਂ ਦੇ ਟਾਈਮ 'ਚ ਚੋਰੀ ਹੋਏ, ਅਤੇ ਉਹਨਾਂ ਦੇ ਵਿੱਚ ਤਾਂ ਕਾਂਗਰਸ ਦਾ ਕੋਈ ਰੋਲ ਨਹੀਂ। ਇਹਦੇ ਮਤਲਬ ਹਰ ਚੀਜ਼ ਨੂੰ ਇਹ ਕਰ ਜਾਣਾ ਕਿ 267 ਸਰੂਪ ਚੋਰੀ ਹੋਏ ਉਹਦੇ ਬਾਰੇ ਚੁੱਪ, FIR ਨੇ ਲਿਖੋ, ਉਹ ਸਰੂਪ ਚੋਰੀ ਵੀ ਉਦੋਂ ਹੋਏ ਜਦੋਂ ਪਹਿਲਾਂ ਹੋਏ, ਉਹਦੀ ਇਨਕੁਆਇਰੀ ਬਿਠਾ ਦਿਉ, ਜੇ ਕਰ ਦਿਉ। ਐਕਸ਼ਨ ਤਾਂ ਕੋਈ ਆਉਣਾ ਹੀ ਚਾਹੀਦਾ ਨਾ, ਕਿ ਠੀਕ ਆ ਕਿ ਅਸੀਂ ਸਿੱਖ ਹੁੰਦੇ ਵੀ ਸਾਨੂੰ ਕਹਿ ਦਿੰਦੇ ਜੀ ਇਹ ਤਾਂ ਜੀ ਕਾਂਗਰਸੀ ਨੇ, ਇਹਦਾ ਮਤਲਬ ਜਿਹੜਾ ਕਾਂਗਰਸੀ ਆ ਉਹ ਸਿੱਖ ਨਹੀਂ, ਉਹ ਗੁਰੂ ਨਾਨਕ ਸਾਹਿਬ ਦੀ ਜਿਹੜੀ ਟੀਚਿੰਗਸ ਉਹਨਾਂ ਦੇ ਉੱਤੇ ਨਹੀਂ ਚੱਲ ਸਕਦੇ, ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਨਹੀਂ। ਇਸ ਇਕੱਲਾ ਇਹੀ ਪਰਿਵਾਰ ਸਮਰਪਿਤ ਆ ਜਾਂ ਇਹੀ ਇਕੱਲੇ ਗੱਲਾਂ ਕਰਨਗੇ? ਯਾਰ ਇੱਕ ਪਾਸੇ ਜਿਹੜਾ ਮੈਨੂੰ ਚੰਦੂ ਮਾਜਰਾ ਸਾਹਿਬ 'ਤੇ ਬੜੀ ਹੈਰਾਨਗੀ ਹੁੰਦੀ ਆ, ਇੱਕ ਪਾਸੇ ਤਾਂ ਅਜੀ ਜਗਬਾਣੀ 'ਤੇ ਜਿਹੜੀ ਅਖਬਾਰ 'ਚੋਂ ਆਪਣੇ ਬਿਆਨ ਦੇ ਰਹੇ ਨੇ, ਉਹ ਸਾਰਿਆਂ ਨੂੰ ਕਹੀ ਜਾਂਦੇ ਜੀ ਇਹ ਵੀ ਕਾਂਗਰਸ ਦੀ ਦੇਣ ਆ, ਅਖਬਾਰਾਂ ਬੋਲ ਰਹੀਆਂ ਨੇ ਉਹਨਾਂ ਦੇ ਵਿੱਚ ਸਾਰਾ ਕੁਝ ਹੀ ਕਾਂਗਰਸ ਦੇ, ਅਤੇ ਫਿਰ ਤਾਂ ਮੇਰਾ ਖਿਆਲ ਹੈ ਕਿ ਕੀ ਇਹਦਾ ਮਤਲਬ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵੀ ਨਹੀਂ ਹੋਈ, ਇਹ ਵੀ ਕਹਿ ਦੇਣਗੇ ਜੀ ਵੀ ਕਾਂਗਰਸ ਦੀ ਦੇਣ, ਕਿਉਂ ਨਹੀਂ 40 ਦਿਨ ਬਾਹਰ ਨਿਕਲੇ, ਕਿਉਂ ਨਹੀਂ ਪਿਓ ਪੁੱਤ ਨੇ ਅਸਤੀਫਾ ਦਿੱਤਾ, ਕਿਉਂ ਨਹੀਂ ਕਿਹਾ ਕਿ ਸਾਡੇ ਗੁਰੂ ਦੀ ਬੇਅਦਬੀ ਹੋਈ ਆ ਅਸੀਂ।